ਉਹਨਾਂ ਵੀਡੀਓ ਜੋ ਵੀ ਵੀਡੀਓ ਸੀ ਡਿਟੇਲ ਸੀ ਤੇ ਪੁਰਾਣੀ ਵੀਡੀਓ ਹੈ ਅੱਜ ਕਿਸ ਖਾਸ ਮੌਕੇ ਤੇ ਕਿਸੇ ਨੇ ਇਸ਼ਾਰਾ ਕਰਕੇ ਅੱਗੇ ਪੇਸ਼ ਕੀਤੀ ਜੇ ਗੱਲ ਨਿਕਲ ਗਈ ਉਹਨਾਂ ਦੁੱਖ ਪਹੁੰਚਦਾ ਨੂੰ ਯਕੀ ਇਹਨਾਂ ਨੂੰ ਡਬਲ ਬੈਨੂ ਦੁੱਖ ਆਇਆ ਯਾਰ ਇਹ ਕੀ ਹੋ ਗਿਆ ਇਹ ਵੀ ਮੈਜੀ ਦੀਆਂ ਗੱਲਾਂ ਆਖੀਆਂ ਨੇ ਉਜ਼ਾਇਰਾ ਕਿ ਉਹ ਜ਼ਿੰਦਾਂ ਦੇ ਮਜ਼ਬ ਦਾ ਹਿੱਸਾ ਨਹੀਂ ਹੈ ਮੈਂ ਬਹੁਤ ਬਾਦਰਚਾਨਾ ਦਿਲੂ ਬੈਨੂ ਇਹ ਤਕਦੀਫ ਦੁੱਖ ਹੋਇਆ ਇਹਨਾਂ ਨੂੰ ਡਬਲ ਬੈਨੂ ਦੁੱਖ ਆਇਆ ਤੁਮੇ ਮਾਫੀ ਚਾਹਦਾ ਅਗਰ ਕੋਈ ਇਸੇ ਕਮਿਊਨਿਟੀ ਤਕਲੀਫ ਹੋਈ ਹੈ ਤਾਂ ਮੈਂ ਬਾਰ-ਬਾਰ ਬਾਦਰ ਕਰਦਾ ਜੇ ਇਹ ਫਰਮਿਸ਼ ਰਲਤਾ ਹੈ ਤਾਂ ਠੀਕ ਹੈ ਮੇਰੀ ਗਲਤੀ ਦਾ ਤੁਹਾਨੂੰ ਤਵੱਜੂ ਦਿਲਾਤੀ ਤਾਂ ਮੈਂ ਉਹ ਗਲਤੀ ਨੂੰ ਮੰਨਣਾ ਬਿਲਕੁਲ ਅਗਰ ਐਸੀ ਗੱਲ ਹੈ ਕੁਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤਹਿ ਪ੍ਰਣ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਸੀ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੌਲਵੀ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਆ ਜੀਵਨ ਬਾਰੇ ਉਹਨਾਂ ਦੇ ਕੁਝ ਇਸ ਤਰ੍ਹਾਂ ਦੇ ਗੱਲਾਂ ਕਹੀਆਂ ਸਨ ਜਿਹੜੀਆਂ ਕਿ ਇਤਿਹਾਸ ਤੋਂ ਕਾਹਾਂ ਦੂਰ ਸਨ ਉਹਨਾਂ ਦੇ ਆਪਣੇ ਵਿਚਾਰ ਸਨ ਜਿਹੜੇ ਉਹਨਾਂ ਨੇ ਪਤਾ ਨਹੀਂ ਕਿੱਥੋਂ ਕਰਕੇ ਉਹ ਕਹੇ ਸੀ ਜਿਸ ਦੇ ਵਿੱਚ ਕੀ ਸਿੱਖ ਕੌਮ ਦੇ ਵਿੱਚ ਬੜਾ ਭਾਰੀ ਜਿਹੜਾ ਰੋਸ ਪਾਇਆ ਗਿਆ ਸੀ ਇਹ ਕੁਝ ਸਮਾਂ ਪਹਿਲਾਂ ਦੀ ਗੱਲ ਸੀ ਸੋ ਸਾਨੂੰ ਜਦੋਂ ਨਿਊਯਾਰਕ ਦੇ ਵਿੱਚ ਸਾਰੀ ਸੰਗਤ ਨੂੰ ਗੁਰੂ ਘਰ ਦੀਆਂ ਕਮੇਟੀਆਂ ਨੇ ਜਦੋਂ ਇਸ ਗੱਲ ਦਾ ਪਤਾ ਲੱਗਾ ਉਹ ਉਸ ਤੋਂ ਪਹਿਲਾਂ ਪਤਾ ਲੱਗਿਆ ਸੀ ਕਿ ਉਹਨਾਂ ਕਈ ਜਥੇਬੰਦੀਆਂ ਨਾਲ ਗੱਲ ਕੀਤੀ ਸੀ ਪਰ ਸਮੇਂ ਸਿਰ ਇਹ ਗੱਲ ਨਾ ਹੋ ਸਕਣ ਦੇ ਬਾਅਦ ਜਦੋਂ ਇਹ ਸਾਰਿਆਂ ਦੇ ਧਿਆਨ ਵਿੱਚ ਗੱਲ ਆਈ ਦੇ ਅਸੀਂ ਵੀ ਸਾਂਝਾ ਪੰਜਾਬ ਦੀ ਟੀਮ ਅਸੀਂ ਵੀ ਉੱਥੇ ਪਹੁੰਚੇ ਮਿਲਣਾ ਜਾਇਆ ਅਤੇ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਇਸੇ ਸਬੰਧ ਵਿੱਚ ਸਾਰੇ ਗੁਰੂ ਘਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੋ ਮੀਟਿੰਗ ਦੇ ਵਿੱਚ ਕੀ ਐਕਸ਼ਨ ਲੈਣਾ ਹੈ ਉਹ ਸਾਰੀਆਂ ਤਿਆਰੀਆਂ ਚੱਲ ਹੀ ਰਹੀਆਂ ਸਨ ਕਿ ਪਾਕਿਸਤਾਨ ਦਾ ਜਿਹੜਾ ਮੀਡੀਆ ਹੀ ਉਹਨਾਂ ਨੇ ਵੀ ਸਾਡਾ ਬੜਾ ਸਾਥ ਦਿੱਤਾ ਉਹਨਾਂ ਦੇ ਮੌਲਵੀ ਜਿਹੜੇ ਹੋਰ ਸਨ ਉਹਨਾਂ ਨੇ ਵੀ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਪਾਕਿਸਤਾਨ ਤੋਂ ਵੀ ਕਈ ਜਿਹੜੇ ਧਾਰਮਿਕ ਵਿਦਵਾਨ ਸਨ ਮੌਲਵੀ ਸਨ ਉਹਨਾਂ ਦੇ ਵੀ ਸਾਡੇ ਇੱਥੇ ਸੁਸਾਇਟੀ ਦੇ ਵਿੱਚ ਹਰਬੰਸ ਸਿੰਘ ਢਿੱਲੋਂ ਜਿਹੜੇ ਕੀ ਇੱਕ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਉਹ ਨਾਲ ਆਪਸਰ ਉਹਨਾਂ ਨੂੰ ਵੀ ਕਾਫੀ ਕੋਲ ਆਈਆਂ ਪ੍ਰਧਾਨ ਸਾਹਿਬ ਨੂੰ ਵੀ ਆਈਆਂ ਸਾਰਿਆਂ ਨੇ ਹੀ ਕਮੇਟੀ ਦੇ ਵੱਲੋਂ ਰਲ ਕੇ ਫਾਈਨਲ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਜਿਹੜਾ ਕਿ ਮੌਲਵੀ ਜਿਨ੍ਹਾਂ ਦਾ ਨਾਮ ਸੀ ਮੁਫਤੀ ਮੁਨੀਰ احمد ਜਿਹੜੇ ਕਿ ਨਿਊਯਾਰਕ ਦੇ ਵਿੱਚ ਹੀ ਆਪਣਾ ਸੈਂਟਰ ਚਲਾ ਰਹੇ ਹਨ ਅੱਜ ਉਹਨਾਂ ਦੇ ਨਾਲ ਸਿਟਿੰਗ ਕੀਤੀ ਗਈ ਇਸ ਸਿਟਿੰਗ ਦੇ ਵਿੱਚ ਬਾਕੀ ਗੁਰੂ ਘਰਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਦੇ ਵੱਲੋਂ ਸਾਡੇ ਅਹੁਦੇਦਾਰ ਜਿਹੜੇ ਕਿ ਭਪਿੰਦਰ ਸਿੰਘ ਬੋਪਾਰਾ ਜੀ ਜਿਹੜੇ ਮੁੱਖ ਸੇਵਾ ਦਾ ਉਹ ਵੀ ਉੱਥੇ ਪਹੁੰਚੇ ਹਰਬੰਸ ਸਿੰਘ ਜੀ ਢਿੱਲੋਂ ਜਿਹੜੇ ਸਰਪਸਤ ਹਨ ਉਹ ਵੀ ਉੱਥੇ ਪਹੁੰਚੇ ਸਨ ਦਵਿੰਦਰ ਸਿੰਘ ਜੀ ਬੋਪਾਰਾ ਜਿਹੜੇ ਕਿ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਉਹ ਵੀ ਉੱਥੇ ਪਹੁੰਚੇ ਗੁਰਦੇਵ ਸਿੰਘ ਜੀ ਕੰਗ ਜੋ ਕਿ ਸਾਬਕਾ ਪ੍ਰਧਾਨ ਦੇ ਨਾਲ ਨਾਲ ਹਿਊਮਨ ਰਾਈਟਸ ਦੇ ਜਿਹੜੇ ਕਮਿਸ਼ਨਰ ਹਨ ਉਹਨਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਜਸਵਿੰਦਰ ਸਿੰਘ ਜੱਸੀ ਬਲਵਿੰਦਰ ਸਿੰਘ ਗਰਦਾਸਪੁਰ ਜੋਤੀ ਜੋ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਜਿਹੜੀ ਸੁਸਾਇਟੀ ਆ ਉਸ ਦਾ ਮੁਖ ਸੇਵਾਦਾਰ ਉਹਨਾਂ ਨੇ ਵੀ ਇਸ ਵਿੱਚ ਹਾਜ਼ਰੀ ਲਾਈ ਅਤੇ ਦੁਰਪ੍ਰੇ ਸਿੰਘ ਜੀ ਵੜੈਚ ਉਹ ਵੀ ਜਿਹੜੇ ਕਿ ਆ ਸਿੱਖ ਸਾਡੀ ਦੀ ਕਮੇਟੀ ਦੇ ਬਰਬਰ ਉਹ ਵੀ ਉੱਥੇ ਪਹੁੰਚੇ ਸਨ ਆ ਇਸ ਤੋਂ ਇਲਾਵਾ ਜਿਹੜਾ ਪਾਕਿਸਤਾਨ ਦਾ ਮੀਡੀਆ ਸੀ ਉਹ ਵੀ ਉੱਥੇ ਪਹੁੰਚਿਆ ਮੈਂ ਜਰੂਰ ਧੰਨਵਾਦ ਜਰੂਰ ਕਰਨਾ ਚਾਹਾਂਗਾ ਜਿੱਥੇ ਸਾਰੇ ਹੀ ਮੁਸਲਿਮ ਭਾਈਚਾਰੇ ਦਾ ਜਿਨ੍ਹਾਂ ਨੇ ਇਸ ਨੂੰ ਬੜਾ ਸੀਰੀਅਸ ਲਿਆ ਸਭ ਰੰਗ ਟੀਵੀ ਦੇ ਜਫਰ ਅਕਵਾਲ ਜੀ ਉਹਨਾਂ ਦੇ ਨਾਲ ਜਿੰਨਾ ਮੀਡੀਆ ਸੀ ਅਤੇ ਅਜ਼ੀਮ ਜੀਓ ਤੋਂ ਅਤੇ ਰਾਣਾ ਨਸੀਰ ਜੀ ਅਤੇ ਹੋਰ ਵੀ ਜਿੰਨੇ ਪਾਕਿਸਤਾਨੀ ਸਾਡੇ ਪੰਜਾਬੀ ਚੈਨਲ ਉਹ ਜਿੰਨੇ ਵੀ ਸਾਨੂੰ ਸਾਰੇ ਚੈਨਲ ਜਿੱਦਾਂ ਅੱਜ ਉਥੇ ਕਵਰੇਜ ਕਰਨ ਦੇ ਲਈ ਗਲੋ ਸਾਂਝਾ ਪੰਜਾਬ ਦੇ ਨਾਲ-ਨਾਲ ਪੀਟੀਸੀ ਗਲੋਬਲ ਪੰਜਾਬ ਅਤੇ ਬਾਕੀ ਵੀ ਸਾਰਿਆਂ ਨੇ ਜਿਹੜਾ ਸਹਿਯੋਗ ਦਿੱਤਾ ਤੇ ਉਥੇ ਜਾ ਕੇ ਅੱਜ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਿਹੜੀਆਂ ਵੀ ਇਹ ਗੱਲਾਂ ਕਹੀਆਂ ਸਨ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਆਧਾਰ ਤੋਂ ਕਿਸੇ ਵੀ ਹਿਸਟਰੀ ਤੋਂ ਬਗੈਰ ਹੀ ਇਹ ਗੱਲਾਂ ਕਰ ਦਿੱਤੀਆਂ ਹਨ ਸੋ ਉਹਨਾਂ ਨੇ ਇਸ ਗੱਲ ਦਾ ਜਿਹੜਾ ਸੀ ਉਹਨਾਂ ਨੇ ਮਾਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਮੇਰੀਆਂ ਇਹ ਗੱਲਾਂ ਜਿਹੜੀਆਂ ਕਹੀਆਂ ਗਈਆਂ ਹਨ ਸਿੱਖ ਭਾਵਨਾ ਨੂੰ ਜਿਹੜੀ ਛੇਸ ਪਹੁੰਚੀ ਹੈ ਮੈਂ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿਉਂਕਿ ਸਾਡੇ ਧਰਮ ਦੇ ਵਿੱਚ ਕੋਈ ਵੀ ਜਦੋਂ ਕੋਈ ਗਲਤੀ ਕਰ ਲੈਂਦਾ ਹੈ ਜਿਹੜਾ ਆਪਣਾ ਗੁਨਾਹ ਕਬੂਲ ਕਰਕੇ ਜਿਹੜਾ ਗੁਰੂ ਘਰ ਦੇ ਵਿੱਚ ਆ ਜਾਂਦਾ ਹੈ ਤਾਂ ਸਾਡਾ ਸ਼ੁਰੂ ਦਾ ਇਤਿਹਾਸ ਹੈ ਗੁਰੂਆਂ ਦਾ ਲੈ ਕੇ ਅੱਜ ਤੱਕ ਅਸੀਂ ਉਸ ਨੂੰ ਜਰੂਰ ਮਾਫ ਕਰ ਦਿੰਦੇ ਹਾਂ ਸੋ ਸਾਰਿਆਂ ਨੇ ਹੀ ਸੇਕਲ ਸੁਸਾਇਟੀ ਦੇ ਨਾਲ ਨਾਲ ਜਿੰਨੀਆਂ ਵੀ ਜਥੇਬੰਦੀਆਂ ਸਨ ਅ ਗੁਰੂ ਘਰਾਂ ਦੀਆਂ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਮਸਲਾ ਸੀ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਨਹੀਂ ਤੇ ਇਹ ਕਾਫੀ ਇਸ ਦੇ ਵਧਣ ਦੀ ਸੰਭਾਵਨਾ ਸੀ ਜੀ ਡੈਮੋਨਸਟ੍ਰੇਸ਼ਨਾਂ ਦੀ ਕਈ ਕੇਸ ਵੀ ਕਰਨ ਦਾ ਹੀ ਪਲੈਨਿੰਗ ਹੋ ਰਹੀ ਸੀ ਪਰ ਜਦੋਂ ਉਸ ਮੌਲਵੀ ਦੇ ਕੋਲੋਂ ਇਹ ਮਾਫੀ ਮੰਗ ਕੇ ਉਹਨਾਂ ਨੇ ਕਿਹਾ ਕਿ ਮੈਂ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰਾਂਗਾ ਫਿਰ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਿੱਖ ਕੌਮ ਜਿਹਨਾਂ ਨੇ ਇਹ ਜਾਗਰਤੀ ਲਿਆਂਦੀ ਜਗਿੰਦਰ ਸਿੰਘ ਅਤੇ ਖਾਸ ਕਰਕੇ ਜਿਹੜੇ ਟਰੱਕਾਂ ਵਾਲੇ ਸਾਡੇ ਕੈਲੀਫੋਰਨੀਆ ਤੋਂ ਆਏ ਸਨ ਸਾਨੂੰ ਪਤਾ ਵੀ ਨਹੀਂ ਸੀ ਉਹਨਾਂ ਨੇ ਇੱਕ ਵੇਕ ਅਪ ਕਾਲ ਜਿਹੜੀ ਕਮਿਊਨਿਟੀ ਨੂੰ ਦਿੱਤੀ ਸਮੇਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਿੱਖ ਕਲਚਰ ਸਾਰੇ ਸੁਸਾਇਟੀ ਜਿਹੜੀ ਹੈ ਸਾਰੀ ਮੈਨੇਜਮੈਂਟ ਅਤੇ ਸਾਰਾ ਹੀ ਮੀਡੀਆ ਅਤੇ ਨਾਲ ਨਾਲ ਹਰਬੰਸ ਸਿੰਘ ਢਿੱਲੋਂ ਜਿਨ੍ਹਾਂ ਨੇ ਇਸ ਦੇ ਵਿੱਚ ਕਾਫੀ ਰੋਲ ਵਧੀਆ ਨੁਆਇਆ ਉਹਨਾਂ ਦਾ ਵੀ ਅਤੇ ਸਾਰਿਆਂ ਦਾ ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਨੇ ਕੀ ਲੜਾਈ ਝਗੜੇ ਤੋਂ ਅਤੇ ਦੋ ਕਮਿਊਨਿਟੀਆਂ ਨੂੰ ਆਪਸੀ ਵੰਡਣ ਤੋਂ ਆਪਸੀ ਲੜਾਈ ਤੋਂ ਜਿਹੜਾ ਰੋਕ ਦਿੱਤਾ ਸੋ ਸਾਨੂੰ ਅੱਗੇ ਤੋਂ ਵੀ ਇਸ ਚੇਤ ਰਹਿਣਾ ਚਾਹੀਦਾ ਹੈ ਕਿ ਕੋਈ ਵੀ ਜੇ ਕੋਈ ਧਾਰਮਿਕ ਬੰਦਾ ਇਹੋ ਜੀ ਗਲਤੀ ਕਰਦਾ ਉਸ ਨਾਲ ਬੜਾ ਖਲਾਰਾ ਪੈ ਸਕਦਾ ਹੈ ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਜਨ ਨੇ ਆਪਾਂ ਸਾਰੇ ਧਰਮਾਂ ਦਾ ਜਿੱਦਾਂ ਅਸੀਂ ਸਤਿਕਾਰ ਕਰਦੇ ਹਾਂ ਇਸ ਤਰ੍ਹਾਂ ਹੀ ਸਾਡੇ ਧਰਮ ਦਾ ਵੀ ਸਾਰੇ ਸਤਿਕਾਰ ਕਰਨ ਪਿਛਲੇ ਕੁਝ ਹਫ਼ਤਿਆਂ ਤੋਂ ਆ ਸਿੱਖ ਧਰਮ ਦੇ ਬਾਰੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਇਹਨਾਂ ਦੇ ਵੱਲੋਂ ਆ ਇੱਕ ਇੰਟਰਵਿਊ ਨਹੀਂ ਜਾਂ ਕਿਸੇ ਤਰ੍ਹਾਂ ਵੀ ਜਿਹੜੇ ਇਹਨਾਂ ਦੇ ਵੱਲੋਂ ਕੁਝ ਸ਼ਬਦ ਬੋਲੇ ਗਏ ਸਨ ਜਿਹੜੇ ਕਿ ਸਿੱਖਾਂ ਦੇ ਵਿੱਚ ਬੜਾ ਇੱਕ ਵੱਡਾ ਰੋਸ ਸੀ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਸਨ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਸਨ ਅਤੇ ਉਹ ਸੋਚ ਰਹੇ ਸਨ ਕਿ ਅੱਜ ਤੱਕ ਸਾਡੀ ਹਮੇਸ਼ਾ ਹੀ ਮੁਸਲਮਾਨ ਭਾਈਚਾਰੇ ਦੇ ਨਾਲ ਭਾਵੇਂ ਪਾਕਿਸਤਾਨ 'ਚ ਹੋਣ ਭਾਵੇਂ ਨਿਊਯਾਰਕ 'ਵਿਛੋਣ ਕਿਉਂਕਿ ਸਿੱਖ ਧਰਮ ਜਿਹੜਾ ਸਾਰਿਆਂ ਦਾ ਸਤਿਕਾਰ ਕਰਦਾ ਸਾਡੇ ਬਾਬੇ ਨਾਨਕ ਨੇ ਬੜਾ ਸਿੰਪਲ ਕਿਹਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਬੰਦੇ ਸੋ ਬਾਬਾ ਨਾਨਕ ਸਰਬਤ ਦਾ ਸਾਰਿਆਂ ਦਾ ਸਾਂਝਾ ਜਿਹੜਾ ਸੀ ਗੁਰੂ ਸੀ ਪਗੰਬਰ ਸੀ ਉਹਨਾਂ ਦੇ ਬਾਰੇ ਇਹਨਾਂ ਨੇ ਪਿਛਲੇ ਹਫਤੇ ਜਿਹੜਾ ਵੀਡੀਓ ਹਰ ਤਨ ਚਰਚਾ ਵਿੱਚ ਆਈ ਸੀ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦਾ ਜਿਹੜਾ ਜਨਾਜ਼ਾ ਸੀ ਮੁਸਲਮਾਨ ਸ਼ੀਨ ਕੇ ਲਾਗੇ ਉਹ ਮੁਸਲਮਾਨ ਹੋ ਗਏ ਔਰ ਰਣਜੀਤ ਸਿੰਘ ਤੇ ਗੋਬਿੰਦ ਸਿੰਘ ਨੂੰ ਖਤਰਾ ਸੀ ਅਤੇ ਹੋਰ ਵੀ ਇਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਪਗੜੀ ਬਣਾਈ ਸੀ ਉਹਨਾਂ ਦਾ ਗਡਾਸਾ ਸ਼ਿਮਲਾ ਹੋ ਗਿਆ ਜਸਮੁੰਦੇਵਾਲ ਇਸ ਕਰਕੇ ਨਹੀਂ ਕੱਢਦੇ ਸਿਰ ਦੇ ਵਾਲ ਤੇ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਸਿੱਖ ਕੌਮ ਇੰਨੀ ਦਲੇਰ ਨਹੀਂ ਸੀ ਕਿ ਜਿਹੜਾ ਉਹਨਾਂ ਦਾ ਜਨਾਜ਼ਾ ਖੋਹ ਕੇ ਲੈਂਦੇ ਜੋ ਕਿ ਕੋਈ ਇਤਿਹਾਸ ਨਹੀਂ ਸੀ ਇਹਨਾਂ ਦੇ ਵੱਲੋਂ ਇਹ ਕਹਿੰਦੇ ਕੋਈ ਸਿੱਖ ਮਿਲੇ ਜਾਂ ਕੋਈ ਵੀ ਮਿਲੇ ਜਿਹੜੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਇਹਨਾਂ ਦੇ ਵੱਲੋਂ ਗੱਲ ਕਹੀ ਗਈ ਜਿਹੜਾ ਕਿ ਇੱਕ ਬਹੁਤ ਦੁੱਖ ਹੋਇਆ ਅੱਜ ਇਹਨਾਂ ਨੇ ਕਿਹਾ ਕਿ ਮੈਂ ਗਲਤੀ ਦੇ ਨਾਲ ਜਾਂ ਕਿਸੇ ਤਰੀਕੇ ਦਾ ਨਾ ਮੇਰੇ ਮੂੰਹ ਨਿਕਲ ਗਈ ਸੀ ਕਿ ਮੈਂ ਸਿੱਖ ਭਾਈ ਚਰਣਾਂ ਦਾ ਤੋਂ ਪਿਆਰ ਕਰਦਾ ਸੋ ਬਾਕੀ ਜਿਹੜੀ ਹੁਣ ਅਗਲੀ ਗੱਲ ਐ ਇਹ ਤੁਹਾਨੂੰ ਦੱਸਣਗੇ ਜੀ ਮਾਸ਼ਾਅੱਲਾ ਬਿਸਮਿਲੱਹ ਰਹਿਮਾਨ ਰਹੀਮ ਅਲਹਮਦੁਲਿਲਾਹ ਵਕਫਾ ਵਸਲਾਮੁਨ ਅਲਾ ਇਬਾਦੀਹੀ ਅਲਜ਼ੀਨ ਅਸਤਾਫਾ ਅਮਾਬਾ ਮਾਸ਼ਾਅੱਲਾ ਤੁਸੀਂ ਸੁਣਿਆ ਤੇ ਤਫਸੀਲ ਦੱਸੀ ਕਿ ਅੱਜ ਮੀਟਿੰਗ ਦਾ ਮਕਸसद ਕੀ ਐ ਸਾਰਦ ਪਹਿਲੇ ਮੈਂ ਖੁਸ਼ ਆਬਦਿਤ ਕਰਨੇ ਸਾਰਿਆਂ ਨੂੰ ਮਾਸ਼ਾਅੱੱਲਾ ਹੈੱਡ ਬੂਰ ਵੀ ਮੌਜੂਦ ਨੇ ਤੇ ਅੱਜ ਮੇਰੇ ਕੋਲ ਤਸ਼ਰੀਫ ਲੈ ਕੇ ਆਏ ਨੇ ਇਨਾ ਦਾ ਵੱਡਾ ਪਾਣਾ ਹੈ ਕਿ ਮੇਰੀ ਜੋ ਕੇਸਟ ਜਾਂ ਮੇਰੀ ਵੀਡੀਓ ਨਾਲ ਇੱਕ ਉਸਿਕ ਕਮਿਊਨਿਟੀ ਜੋ ਤਕਲੀਫ ਪਹੁੰਚੀ ਇਹਨਾਂ ਮੈਂ ਨਾਲ رابطہ ਕੀਤਾ ਔਰ ਮਾਸ਼ਾਅੱਲਾ ਫਿਰ ਮੇਰੀ ਇੱਥੇ ਮਸਜਿਦੇ ਪਹੁੰਚੇ ਰਹਿਮ ਟੀਵੀ ਸਟੋਰੀਜ਼ ਮੌਜੂਦ ਨੇ ਤੇ ਉਹਨਾਂ ਨੇ ਮੇਰੀ ਜੋ ਵੀ ਵੀਡੀਓ ਸੀ ਡਿਟੇਲ ਸੀ ਇਹ ਪੁਰਾਣੀ ਵੀਡੀਓ ਹੈ ਅੱਜ ਕਿਸ ਖਾਸ ਮੌਕੇ ਤੇ ਕਿਸੇ ਨੇ ਸ਼ਰਾਰਤ ਕਰਕੇ ਅੱਗੇ ਪੇਸ਼ ਕੀਤੀ ਇਹਨਾਂ ਨੂੰ ਬੜਾ ਦੁੱਖ ਪਹੁੰਚਿਆ ਕਿ ਵੀ ਮੈਂ ਜਿਹੜੀਆਂ ਗੱਲਾਂ ਆਖੀਆਂ ਨੇ ਉਹ ਜ਼ਾਇਰਾ ਕਿ ਉਹ ਇਹਨਾਂ ਦੇ ਮਜ਼ਬਦ ਦਾ ਹਿੱਸਾ ਨਹੀਂ ਆਗੀਆਂ اور یقینا جننا ਦਾ ਮਜ਼ਹਬ ਜਿੰਨਾ ਦਾ ਧਰਮ ਹੈ ਉਹਨਾਂ ਦੀ ਗੱਲ ਦਾ ਹੀ ਇਤਵਾਰ ਹੈ ਮੇਰਾ ਤਾਂ ਤਰਮ ਨਹੀਂ ਹੈਗਾ ਨਾ ਮੈਨੂੰ ਤਰਮ ਦੇ ਬਾਰੇ ਸਾਰੀ ਬਲੂਮਾਤ ਹੈ ਮੈਂ ਜਿਹੜੀ ਆਖੀ ਗੱਲ ਕਿਸੇ ਜਿਵੇਂ ਉਹਨਾਂ ਨੇ ਦੱਸਿਆ ਇਹਨਾਂ ਨੇ ਕਿ ਇੱਕ ਸਿੱਖ ਮਿਲਿਆ ਤੇ ਉਹਨੇ ਸਾਰੀ ਸਟੋਰੀ ਕੀਤੀ ਤੇ ਮੈਂ ਉਹ ਰਿਐਕਸ਼ਨ ਜਿਹੜੀ ਗੱਲ ਆਖੀ ਉਹ ਗੱਲ ਜ਼ਾਹਿਰ ਹੈ ਕਿ ਬਕੌਲ ਇਹਨਾਂ ਦੇ ਸਾਰੇ ਮੌਜੂਦ ਨੇ ਕਿ ਉਹ ਗੱਲ ਗਲਤ ਸੀ ਤਾਂ ਗਲਤ ਗੱਲ ਦਾ ਜ਼ਾਹਿਰ ਹੈ ਕਿ ਇੰਪੈਕਟ ਪੈਣਾ ਹੈ ਤੇ ਜਿਵੇਂ ਦੁਨੀਆ ਭਾਰੀ ਸਿੱਖਾਂ ਨੂੰ ਜਾਂ ਇੱਥੇ ਸਾਡੇ ਅਮਰੀਕਾ 'ਚ ਦੁੱਖ ਹੋਇਆ ਮੇਰਾ ਆਪਣਾ ਮિજાਜ ਐਸਾ ਹੈ ਕਿ ਮੈਂ ਸਭ ਜੋੜ ਕੇ ਚੱਲਣਾ क्योंकि मैं सिर्फ मौलवी तो आलम नहीं हैगा मैं तो पीर फकीर दरवेश भी है मैं चारों सिलसिले पीर हाँ मैं सिलसिला कादरी पीर हाँ पीरा रे पीर शेख अब्दुल कादर जिलानी रहमतुल्लाए उन्होंने गद्दी मेरे कोल है और मैं ख्वाजा मुहिद्दी चिश्ती रहमतुल्लाे उन्होंने गद्दी मेरे कोल है इस तरह जो है शाहबुद्दीन सोर वर्दी सिलसिले की ग्दी है एम नक्शबंदी सिलसिले मैं चारों ग्दियों लैके चलना तो सारा पीरं फकीर का काम तो जोड़ है ਔਰ ਬਾਬਾ ਗੁਰੂ ਨਾਨਕ ਜੀ ਜਿਹੜਾ ਅਸੀਂ ਸੁਣਿਆ ਉਹ ਵੀ ਜੋੜ ਕੇ ਚੱਲੇ। ਲਿਹਾਜ਼ਾ ਉਹਨਾਂ ਨੂੰ ਮੁਸਲਮਾਨ ਵੀ ਆਪਣਾ ਬੜਾ ਸਮਝਦੇ ਨੇ। ਇਹ ਸਿੱਖ ਵੀ ਉਹਨੂੰ ਆਪਣਾ ਬੜਾ ਸਮਝਦੇ ਨੇ। ਉਹਨਾਂ ਦੀ ਤਾਲੀਮਤ ਜਿਹੜੀ ਆ ਨਾ ਉਹ ਵਾਕਈ ਤਾਲੀਮਤ ਐਸੀਆਂ ਨੇ ਕਿ ਜਿਹੜਾ ਦਿਰ ਨੂੰ ਲੱਗਦੀਆਂ ਨੇ। ਸਭ ਤੋਂ ਬੜੀ ਚੀਜ਼ ਗੁਰੂ ਗ੍ਰੰਥ ਦੇ ਵਿੱਚ ਤੌਹੀਦ ਦਾ ਜਿਹੜਾ ਸਬਕ ਹੈ, ਸ਼ਾਨਦਾਰ ਤੌਹੀਦ ਦਾ ਸਬਕ ਉਹਦੇ ਵਿੱਚ ਮੌਜੂਦ ਹੈ। ਆਲਾ ਤਾਲੀਮਤ ਫਿਰ ਇੱਕ ਇੱਕ ਖਾਣਾ ਖਵਾਣਾ ਜਿਹੜਾ ਨਾ ਇਹ ਜਿਹੜਾ ਸਭ ਤੋਂ ਵੱਡਾ ਧਰਮ ਸੀ ਬਾਬਾ ਗੁਰੂ ਨਾਨਕ ਜੀ ਵਾਸੀ ਸੁਣਿਆ। ਮੇਰਾ ਆਪਣਾ ਮિજાਜ ਵੀ ਹੈ ਕਿ ਮੇਰੇ ਲੰਗਰ ਦੁਨੀਆ ਭਰ ਹਰ ਪ ਕਿ ਇਹ ਸਭ ਤੋਂ ਵੱਡੀ ਖੇਦਮਤ ਇਹ ਹੀ ਹੈ ਜੋ ਬਾਬਾ ਗੁਰੂ ਨਾਨਕ ਵੀ ਆਕਰਦਸੀ ਤੇ ਮੈਂ ਤੋਂ ਆਪਣਾ ਸਮਝ ਕੇ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਲੇਕਿਨ ਇਹਨਾਂ ਨੇ ਮੈਨੂੰ ਤਵੱਜੂ ਦਿਲਾਇਆ ਕਿ ਇਨਫੋਰਮੇਸ਼ਨ ਗਲਤ ਹੈਗੀ ਤੇ ਲਿਹਾਜ਼ਾ ਉਹ ਗਲਤ ਇਨਫੋਰਮੇਸ਼ਨ ਤੇ ਜ਼ਾਹਰ ਇਹਨਾਂ ਨੇ ਬਹੁਤ ਚੰਗਾ ਕੀਤਾ ਇਹਨਾਂ ਨੇ ਮੈਨੂੰ ਦੱਸਿਆ ਕਿ ਇਨਫੋਰਮੇਸ਼ਨ ਗਲਤ ਹੈ ਐਵੇਂ ਨਹੀਂ ਐਵੇਂ ਤੇ ਲਿਹਾਜ਼ਾ ਇਹ ਹੈਡ ਗੁਰੂ ਵੀ ਮੌਜੂਦ ਨੇ ਹੋਰ ਹਜ਼ਰਤਾਂ ਵੀ ਮੌਜੂਦ ਨੇ ਮੇਰਾ ਮਕਸਦ ਇਹਨਾਂ ਦਾ ਦਿਲ ਦੁਖਾਣਾ ਨਹੀਂ ਕਿ ਸਿੱਖਾਂ ਨਾਲ ਤਾਂ ਸਾਡਾ ਪਿਆਰ ਹੀ ਪੁਰਾਣਾ ਹੈ ਇਹ ਰੁਇਨਿਸ ਕਾ ਕਿਉਂ ਕਿ ਅਸੀਂ ਜਿਹੜੇ ਫਕੀਰ ਪੀਰ ਦਰਵੇਸ਼ ਉਹ ਸਿੱਖਾਂ ਨਾਲ ਤਾਂ ਦੁਸ਼ਮਣੀ ਕਰੀ ਨਹੀਂ ਸਕਦੇ ਕਿਉਂਕਿ ਇਹ ਪੀਰਾ ਫਕੀਰਾਂ ਉਹ ਮੰਨਣ ਵਾਲੇ ਲੋਕ ਨੇ ਅਸੀਂ ਆਪ ਪੀਰਾ ਫਕੀਰਾਂ ਦੇ ਲੋਕ ਹਾਂ ਤੇ ਅਸੀਂ ਇੱਕ ਹੋ ਕੇ ਚੱਲਦੇ ਹਾਂ ਔਰ ਹਰ ਕਮਿਊਨਿਟੀ ਦਾ ਅਲਹਮਦੁਲਿਲਾ ਮੈਂ ਤਾਂ ਪਿਆਰ ਲੈ ਕੇ ਚੱਲਦਾ 22-23 ਸਾਲ ਹੋ ਗਏ ਮੈਨੂੰ ਅਮਰੀਕਾ ਹਰ ਕਮਿਊਨਿਟੀ ਨੂੰ ਲੈ ਕੇ ਚੱਲਦਾ ਲਿਆਦਾ ਇਹ ਸਿੱਖਾਂ ਨਾਲ ਤੇ ਇਹ ਜਿਹੜੀ ਗੱਲ ਨਿਕਲ ਗਈ ਉਹਨਾਂ ਨੂੰ ਦੁੱਖ ਪਹੁੰਚ ਬੈਨੂ ਯਕੀ ਇਹਨਾਂ ਨੂੰ ਤਾਂ ਡਬਲ ਬੈਨੂ ਦੁੱਖ ਹੋਇਆ ਕਿ ਯਾਰ ਇੱਕ ਹੀ ਹੋ ਗਿਆ ਕਿ ਮੇਰੇ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚ ਇੱਕ ਤਬਕਾ ਐਸਾ ਜੋ ਮੁਸਲਮਾਨ ਹੋਏ ਨੇ ਸਿੱਖ ਉੱਤੇ ਸਿੱਖ ਮੈਂ ਇੱਕ ਸਿੱਖ ਮੁਸਲਮਾਨ ਹੈ ਮੈਂ ਆਪਣੀ ਭੈਣ ਉੱਥੇ ਵਿਆਹੀ ਹੈ ਉਹ ਜਨਾਬ ਉਹ ਦਿੱਲੀ ਜਿਹੜੇ ਉਹ ਐਵੇਂ ਕਰਕੇ ਸਾਡਾ ਮੇਰਾ ਤੇ ਇਨਾ ਤਾਲੁਕ ਇਨਾਂ ਨਾਲ ਤੇ ਉਹ ਗੱਲ ਐਸੀ ਨਿਕਲ ਗਈ ਔਰ ਕਿਸੇ ਐਸੇ ਮੌਕੇ ਤੇ ਛੱਡੀ ਕਿ ਉਹ ਸਾਰੇ ਦੁੱਖ ਪਹੁੰਚਿਆ ਤੇ ਮੈਂ ਬਹੁਤ ਬਾਦਰਚਾਨਾ ਦਿਲੂ ਮੈਨੂੰ ਇਨੀ ਤਕਲੀਫ ਦੁੱਖ ਹੋਇਆ ਇਹਨੂੰ ਤੋਂ ਡਬਲ ਬੈਨੂੰ ਦੁੱਖ ਆਇਆ तो मैं माफ़ी चाहना अगर तो इसे कम्यूनिटी तकलीफ हुई है तो मैं बार बार मदद करना और इनफॉर्मेशन इन्होंने मैं तवजो दिलाती इन्फॉर्मेसा गलत है तो ठीक है बहुत अच्छी गल है इनफॉर्मेश गलत है तो ठीक है मेरी गलती मैं तवजो तो दिलाती तो मैं उस गलती मनना बिल्कुल अगर ऐसी गल है बिल्कुल कोई मसला नहीं लेकिन मेरा किसी का दिल दुखा मकसूद नहीं है मेरा काम ही जोड़ है अल्लाह ताला तू कबूल फरमाए और गुरु ग्रंथ के दर्जात बुलंद करे जो भी मतलब उन्होंने अच्छी तालीमांत जहाँ उन्होंने अमल करने कर तो विक क्योंकि उन्होंने अल्लाह ने बड़ा मुकाम दता और उन्होंने हर जो है वो धर्म में इज़्ज़त मुहबत दी तो ये मेरा अपना भी यही मजहब मसलक है मैं सारे इज्जत मुहबत देना और सब मेरे को हर धर्म के लोग मेरे को आके माशाल्लाह मैं तवीज़ धाका भी करता हूं मेरे को यहूदी ईसाई सिख हिंदू सारे मेरे को तवीज धाका दम दरूद कराते माशाल्लाह अल्लाह उन्होंने फैज दे ਦੇਨ ਉਹਨਾਂ ਦੀ ਜਿਵੇਂ ਨੇਕ ਨੀਅਤਾਂ ਉਸ ਹਿਸਾਬ ਨਾਲ ਤਾਂ ਬਾਕੀ ਮੇਰੀ ਕੋਈ ਹਾਇਸੀਅਤ ਨਹੀਂ ਸਤਾਰੀ ਦਾ ਪਰਦਾ ਰਾਬਰੇ ਉੱਤੇ ਪਾਇਆ ਹੈ ਤਾਂ ਗੱਡੀ ਚੱਲ ਰਹੀ ਹੈ ਕੰਮ ਹੋ ਰਿਹਾ ਹੈ ਵਰਨਾ ਬਾਕੀ ਕਿਸੇ ਦੀ ਕੋਈ ਐਸੀ ਦੀ ਸਾਹਿਬ ਬਿੱਟੀ ਸਵਾਰ ਨੇ ਸਭ ਜੀ ਅੱਲਾਹ ਤਾਲਾ ਦੇ ਕਮਜ਼ੋਰ ਬੰਦੇ ਨੇ لہذا ਮੈਂ ਸਭ ਨੂੰ ਜੇ ਜੇ ਆਏ ਨੇ ਇਹਨਾਂ ਨੂੰ ਵੀ ਮਾਫ਼ ਕਰਨਾ ਔਰ ਜਿਹੜੇ ਮੇਰੇ ਸੁਣ ਰਹੇ ਨੇ ਸੇਕ ਭਾਈ ਜਿੱਥੇ ਜਿੱਥੇ ਦੁਨੀਆ ਉਹਨਾਂ ਨੂੰ ਵੀ ਮਾਫ਼ ਕਰਦਾ ਕਿ ਮੇਰੀ ਅਗਰ ਉਸ ਗੱਲ ਤੋਂ ਤਕਲੀਫ ਪਹੁੰਚੀ ਹੈ ਅੱਲਾਹ ਤਾਲਾ ਜੀ ਉਹਨਾਂ ਦੀ ਕਿਫਾਇਤ ਫਰਮਾਏ ਕਿਫਾਲਤ ਕਰੇ ਔਰ ਸਾਨੂੰ ਜੇ ਸੱਚਾ ਈਮਾਨੁਦਿਨ عطا ਫਰਮਾਵੇ ਔ ਭਲਾਈ ਹੋਵੇ ਅਤੇ ਆਖਰ ਦੀ ਕਾਮਯਾਬੀਆਂ ਹੋਣ ਆਮੀਨ ਯਾ ਰਬ ਅਲ ਆਲਮੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੀ ਬਤੇ ਇਹ ਜੇ ਤਰ੍ਹਾਂ ਕੇ ਇਹ ਜਿਹੜੀ ਗੱਲਬਾਤ ਹੋਈ ਆ ਜਿਸ ਤਰ੍ਹਾਂ ਕੇ ਇਹ ਜਿਹੜੀ ਵੀਡੀਓ ਕੁਛ ਦਿਨ ਪਹਿਲੋਂ ਸਾਡੇ ਕੋਲ ਆਈ ਤੇ ਉਹ ਵੀਡੀਓ ਦੇਖ ਕੇ ਜਿਹੜੀ ਸਿਕਨ ਸੁਸਾਇਟੀ ਦੇ ਵਿੱਚ ਮੀਟਿੰਗ ਬਹੁਤ ਵੱਡੀ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਕਾਫੀ ਸਿੰਘ ਇਕੱਠੇ ਹੋਏ ਤੇ ਉਹਦੇ ਵਿੱਚ ਕਾਫੀ ਮਸਲੇ ਜਿਹੜੇ ਇਸ ਵੀਡੀਓ ਬਾਰੇ ਗੱਲਬਾਤ ਕੀਤੀ ਗਈ ਗੱਲਬਾਤ ਕਰਨ ਤੋਂ ਬਾਅਦਾਂ ਇਹ ਡਿਊਟੀਆਂ ਲੱਗੀਆਂ ਵੀ ਆਪਾਂ ਕਿਸ ਤਰ੍ਹਾਂ ਇਸ ਸਾਰੇ ਮਸਲੇ ਨੂੰ ਹੱਲ ਕਰਨਾ ਤੇ ਮੈਂ ਉਸ ਤੇ ਮੈਂ ਤੇ ਬਾਕੀ ਸਾਡੀ ਸਾਰੀ ਸੁਸਾਇਟੀ ਨੇ ਜਿੱਦਾਂ ਪਾਕਿਸਤਾਨ ਇੱਥੇ ਸਾਡੇ ਮੁਸਲਮਾਨ ਵੀ ਰਹਿੰਦੇ ਆ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਤੇ ਉਹਨਾਂ ਦਾ ਟੈਲੀਫੋਨ ਮੈਨੂੰ ਆਇਆ ਵੀ ਮੌਲਵੀ ਸਾਹਿਬ ਤੁਹਾਨੂੰ ਹੁਣੇ ਟੈਲੀਫੋਨ ਕਰਦੇ ਆ ਇਹਨਾਂ ਦਾ ਟੈਲੀਫੋਨ ਆਇਆ ਕਨੈਕਟ ਹੋਇਆ ਮੈਂ ਅੱਜ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਹਿਣਾ ਵੀ ਜਿਹੜੀ ਇਹ ਵੀਡੀਓ ਆ ਇਹ ਅੱਜ ਤੋਂ ਇਹਨਾਂ ਡਿਲੀਟ ਕਰ ਰਹੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਇਹਨਾਂ ਨੇ ਮੰਨ ਲਿਆ ਵੀ ਇਹ ਗਲਤੀ ਨਾ ਮੇਰੇ ਕੋ ਬੋਲਿਆ ਗਿਆ ਨਾ ਜ਼ਿਆਦਾ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਗੇ ਤੋਂ ਵੀ ਕਿਸੇ ਵੀ ਵੀਰ ਨੂੰ ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਦੇ ਹਾਂ ਇਹ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਦੇ ਅਸੀਂ ਜਾਦਾ ਇਹਨਾਂ ਦੇ ਕੁਰਾਨ ਬਾਰੇ ਨਹੀਂ ਜਾਣਦੇ ਜਿੰਨਾ ਚਿਰ ਕਿਸੇ ਇਨਸਾਨ ਨੂੰ ਚੰਗੀ ਤਰ੍ਹਾਂ ਕਿਸੇ ਚੀਜ਼ ਦਾ ਕਿਸੇ ਹਿਸਟਰੀ ਦਾ ਨਹੀਂ ਪਤਾ ਲੱਗਦਾ ਉਨਾ ਚਿਰ ਨਹੀਂ ਬੋਲਣਾ ਚਾਹੀਦਾ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਪਾਕਿਸਤਾਨ ਦੇ ਵਿੱਚ ਵੀਰ ਬੈਠੇ ਜਿਹੜੇ ਆ ਜਿਨ੍ਹਾਂ ਨੇ ਸਾਡੀ ਇਸ ਗੱਲ ਦੇ ਵਿੱਚ ਹੈਲਪ ਕੀਤੀ ਆ ਉਹਨਾਂ ਦਾ ਧੰਨਵਾਦ ਤੇ ਜਿਹੜੇ ਸਾਡੇ ਇੱਥੇ ਵੀਰ ਮੁਸਲਮ ਨਿਊਯਾਰਕ ਦੇ ਵਿੱਚ ਤੇ ਕੈਲੀਫੋਨੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਵੀ ਇਹਦੇ ਵਿੱਚ ਕਾਫੀ ਸਾਡੀ ਮਦਦ ਕੀਤੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਿੱਖ ਕਲਜ ਸੁਸਾਇਟੀ ਨੂੰ ਧੰਨਵਾਦ ਕਰਦੇ ਹਾਂ ਤੇ ਮਸਲਾ ਸਾਡਾ ਹੱਲ ਹੋ ਗਿਆ ਇਹ ਜਿਹੜੀ ਵੀਡੀਓ ਅੱਜ ਤੋਂ ਡਿਲੀਟ ਕੀਤੀ ਜਾਊਗੀ ਅੱਗੇ ਤੋਂ ਨਹੀਂ ਇਹ ਬਾਹਰ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਇਸ ਗੱਲ ਦਾ ਜਿਹੜਾ ਸਮੱਸਿਆ ਰੋ ਗਿਆ ਹੈ ਮੈਂ ਆਪ ਜੀ ਨੂੰ ਕਹਾਂਗਾ ਕਿ ਅੱਗੇ ਤੋਂ ਵੀ ਇਦਾਂ ਦੀ ਜਦੋਂ ਕਦੇ ਇਹੋ ਜੀ ਗੱਲ ਹੋਵੇ ਹੀ ਨਾ ਜੇ ਹੋਵੇ ਤੇ ਵੇਕਅਪ ਕਾਲ ਜਰੂਰ ਇਦਾਂ ਦੇ ਦਿਆ ਕਰੋ ਸਾਨੂੰ ਜਦੋਂ ਪਤਾ ਲੱਗ ਜਾਵੇ ਗੁਰਦੁਆਰਾ ਸਾਹਿਬ ਦੇ ਸਾਡੇ ਹੈੱਡ ਗਰੰਤੀ ਸਿੱਕਲਟ ਸੋਸਾਇਟੀ ਦੇ ਉਹ ਵੀ ਸਾਡੇ ਉਥੇ ਨਾਲ ਇਸ ਵਿੱਚ ਹਾਜ਼ਰ ਸਨ ਸੋ ਉਹਨਾਂ ਦਾ ਵੀ ਧਰਮ ਵੀਰ ਸਿੰਘ ਜੀ ਧਰਮ ਵੀਰ ਸਿੰਘ ਜੀ ਜਿਹੜੇ ਕਿ ਸਿੱਕਲਟ ਸੋਸਾਇਟੀ ਦੇ ਹੈੱਡ ਗਰੰਤੀ ਹਨ ਸੋ ਉਹ ਵੀ ਸਾਡੇ ਉਥੇ ਨਾਲ ਉਥੇ ਗਏ ਤੇ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕਰਕੇ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਉਸ ਤੋਂ ਮੌਲਵੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰਮਾਤਮਾ ਕਰੇ ਕਿ ਹਮੇਸ਼ਾ ਸਾਰੇ ਹੀ ਧਰਮਾਂ ਦਾ ਸਤਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ